ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਅੱਜ ਆਪਾਂ ਗੱਲ ਕਰਦੇ ਹਾਂ 19 ਤੋਂ 21 ਮਈ ਤੱਕ ਪੰਜਾਬ ਦੇ ਮੌਸਮ ਦੀ ਜਿਵੇਂ ਕਿ ਪਹਿਲਾਂ ਦੱਸਿਆ ਸੀਗਾ 17 ਤੇ 18 ਨੂੰ ਮੀਂਹ ਤੇ ਤੇਜ਼ ਹਨੇਰੀ ਉਸੇ ਤਰ੍ਹਾਂ ਹੀ ਹੋਈ ਅੱਜ 19 ਮਈ ਤੋਂ ਲੈ ਕੇ 21 ਮਈ ਤੱਕ ਪੰਜਾਬ ਦਾ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ਼ ਰਹੇਗਾ ਕਿਤੇ ਵੀ ਬੱਦਲਵਾਈ ਨਹੀਂ ਬਣੇਗੀ ਤੇ ਆਉਣ ਵਾਲੇ 2 ਤੋਂ 3 ਦਿਨ 21 ਮਈ ਤੱਕ ਪੰਜਾਬ ਵਿੱਚ ਗਰਮੀ ਵਿੱਚ ਚੌਖਾ ਵਾਧਾ ਹੋਵੇਗਾ ਤੇ ਪਹਿਲੀ ਵਾਰ ਅਜਿਹੀ ਸਥਿਤੀ ਬਣੇਗੀ ਟੈਂਪਰੇਚਰ 40 ਤੋਂ 45 ਡਿਗਰੀ ਦੇ ਵਿਚਕਾਰ ਚੱਲਿਆ ਜਾਵੇਗਾ ਤੇ ਇਸ ਦੇ ਨਾਲ ਇਸ ਹਾਲ ਪਹਿਲੀ ਵਾਰੀ ਲੋ ਵਰਗੀ ਸਥਿਤੀ ਬਣਾਈਗੀ ਤੇ ਤੇਜ਼ ਹਵਾਵਾਂ ਜੋ ਕਿ ਗਰਮ ਹਵਾਵਾਂ ਵੀ ਚੱਲਣਗੀਆਂ ਆਉਣ ਵਾਲੇ 3 ਦਿਨ ਪੰਜਾਬ ਵਿੱਚ ਗਰਮੀ ਵਿੱਚ ਚੋਖਾ ਵਾਧਾ ਹੋਵੇਗਾ ਤੇ ਨਾਲ ਹੀ ਲੋ ਵੀ ਪਹਿਲੀ ਵਾਰੀ ਚੱਲੇਗੀ ਤੇ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਇਹ 3 ਦਿਨ ਤੇ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ਼ ਰਹੇਗਾ ਜੇਕਰ ਤਾਂ ਹਨ ਨੂੰ ਮੌਸਮ ਦੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ